ये नो यार दी वेच चार बुरा सुखिया रोटिया वेच चल दिया मोटरा वेच नारे नवे पखे वेच मेनू चाहिए दे कादी तेनू काली पई आ खलो जा कुछ वट लैन दे तू जदों वेखी है मेरे मूंह ही वटिया हुंदा एक कच पुराना पित्तल तांबा लोहा लालन सुखिया रोटिया वेच ओ खलोजा खलोजा ना मेरी औलाद आखे लगती ना तू लगदा सुखिया रोटिया जान बुरा जड़े आखे नहीं लगते बच्चे वेच मुड़ जा मेला मेला तायनू मेला मेला जेड़ी तेरे ना मिलनी करन बैठा है अखबार सिटदा दुकान ते वाकब हो गया एडा अखबारां सुटदा ही आ इहदे नाल लोहा भी सुटदा लैलन सुटदा लैलन सुटदा काम दा टाइम है तेरा परे हो जा ते मैं भी काम ते ही आ बुढ़ी तेरी बेवा हुई जिन्हू मशीन दिती किसी ने अपनी जबान से कंट्रोल कर बच्चे तेरे है नहीं तो चलूंगियां तू पता नहीं केड़ी गलों ले लेना ओए कुवाड़ चाहिए आईया उधर उत्तर रख कुवाड़ चाहिए उत्तर रख पा एच गैस पर आके ना लागे रख ला मैं चाहना इस तो पहले तेरा पटाका पवे बकवास बंद कर काका ए नाल तो तीन चार और ले आया मैं नवे आ अच्छा कीरगर बंदा बड़ा थुड़िया सी हां नशेई सी ओ चुक लिया किसी दे रोटियां आया तू भी लाल लुकमा ला ला कल दा निकलिया सारा तू भी मैं तेनू भी दफा गया जो काम ते आवे ना उदो गल ना करया कर उदो गल ना करया कर मैं तेनू भी दफा गया भा आ चने पका लो ते तेनू दोवां नू आ रोटी दे देना मैं बह के खाओ इत्थों रहता सलाद मंगा लेना ओ काका इहनू इहनू चुक काम दा टाइम होया आ चबला ना मार समझ लगी कि नहीं अगैन साहब आ किन्ने अगैन देखो कैन मेरे को दो आ है दो आ आहो देली चोंदे ते नहीं हैगे बिल्कुल एक नंबर कैन आ बिल्कुल ठीक आ नवे आवे फैक्टरी ਆ ਜੁੱਤੀ ਵੇਖਾਂ ਤੈਨੂੰ ਪੂਰੀ ਜੁੱਤੀ ਰੱਖ ਲੈ ਤੂੰ ਜੁੱਤੀ ਰੱਖ ਲੈ ਜੇ ਤੇਰੇ ਆਪਣੇ ਨੇ ਕਿਤੇ ਜਾਣਾ ਆਉਣਾ ਹੁੰਦਾ ਵਲੀਮੇ ਤੇ ਪੁੱਤ ਇਹ ਉਹ ਨਹੀਂ ਲੈ ਜਾ ਲੈ ਜਾ ਲੈ ਜਾ ਉਹ ਪਾ ਪਾ ਹੋਰ ਫਿੱਟੇ ਮੂੰਹ ਤੇਰੀ ਜੁੱਤੀ ਤੇ ਜਾ ਲੈ ਜਾ ਉਧਰ ਜੁੱਤੀ ਮੈਂ ਤੇ ਅਗਲੇ ਦੇ ਕੋਲੋਂ ਲਵਾ ਜਾ ਉਹ ਤਾਂ ਬਾਂਦਰ ਕਿੱਲਾ ਖੇਲਣ ਵਾਲੀ ਵੀ ਨਹੀਂ ਹੈਗੀ ਕਿਹੜੀ ਲਈ ਫਿਰਦਾ ਇਹਨੂੰ ਲੈ ਜਾ ਪਰੇ ਉਧਰ ਤੇਰੇ ਸਹੁਰਿਆਂ ਨੂੰ ਜੁੱਤੀ ਲਗਾਉਣ ਦੀ ਆਦਤ ਆ ਲਕਵਾ ਲਈ ਮੈਂ ਤੈਨੂੰ ਕਹਿੰਦਾ ਮੂੰਹ ਬੰਦ ਰੱਖ ਲਿਆ ਕਰ ਫਲਕੀ 24 ਘੰਟੇ ਨਾ ਮਜ਼ਾਕ ਕਰਿਆ ਕਰ ਦੁਕਾਨਦਾਰੀ ਦਾ ਟਾਈਮ ਆ ਅੱਛਾ ਹੁਣ ਰੋਟੀਆਂ ਦਾ ਕੀ ਕਰਨਾ ਰੋਟੀਆਂ ਦਾ ਕੀ ਆ ਰੱਖ ਲਾ ਹਾਲਾਤ ਕੋਈ ਨਹੀਂ ਹੈਗੇ ਕੰਮ ਦੇ ਆਹੋ ਰੋਟੀਆਂ ਰੱਖ ਲਾ ਠੀਕ ਆ ਕਿ ਨਹੀਂ ਭੈਣ ਭਰਾਵਾਂ ਨੂੰ ਫੋਨ ਕਰ ਦੇ ਤੂੰ ਕਹਿੰਦਾ ਮੈਂ ਲੈ ਆਇਆ ਲੋਕਾਂ ਕੋ ਮੰਗ ਕੇ ਬੇਟਾ ਮੂੰ ਤੇਰੇ ਲਿਆਉਣ ਤੇ ਆ ਟੀਵੀ ਮੈਂ ਲਿਆਈ ਆ ਵੇਖ ਇਹ ਟੀਵੀ ਘਰ ਲੈ ਜਾ ਇਹ ਜਿੰਨਾ ਤੇ ਦੇਖਣ ਵਾਲਾ ਟੀਵੀ ਆ ਮੈਚਾਂ ਦੇ ਦੇਣਾ ਮੈਂ ਕਹਿੰਦਾ ਇਹ ਮੈਚਾਂ ਦੇ ਨਹੀਂ ਇੱਥੇ ਦਿਲ ਤੇ ਲਾਉਣ ਵਾਲਾ ਪਤਾ ਲੱਗਦਾ ਵੀ ਦਿਲ ਕਿੰਨਾ ਧੜਕਦਾ ਆ ਬੰਦ ਹੋਇਆ ਇਹ ਉਹ ਟੀਵੀ ਆ ਨਹੀਂ ਪਾ ਇਹ ਟੀਵੀ ਮੈਂ ਕਹਾਂ ਮੈਚ ਮੂਚ ਵੇਖਾਂਗੇ ਲੈ ਮੈਚ ਵੇਖਾਂਗੇ ਆ ਖੋਤਾ ਪਿਛਲੇ ਪਾਸੋਂ ਮੈਚ ਵੇਖਦਾ ਮੈਂ ਅੱਗੇ ਵੇਖਦਾ ਬਕਵਾਸ ਕਰਦਾ ਆ ਟੀਵੀ ਚੱਲਦਾ ਆ ਟੀਵੀ ਚੱਲਦਾ ਵਾ ਬਿਲਕੁਲ ਬਸ ਇਹਦੀ ਨਾ ਤੁਰਦੀ ਫਿਰਦੀ ਕਿਤੇ ਕੇਬਲ ਨਹੀਂ ਲੱਗਣ ਦੀ ਨਹੀਂ ਤੇ ਮੈਂ ਲਵਾ ਲੈਣੀ ਸੀ ਤੁਰਦੀ ਫਿਰਦੀ ਕਿਦਾਂ ਲੱਗ ਜਾਂਦੀ ਆ ਟੀਵੀ ਸਹੀ ਆ ਟੀਵੀ ਲੈਣਾ ਹੀ ਟੀਵੀ ਸਾਫ਼ ਆ ਟੀਵੀ ਮੈਂ ਤੋਲ ਕੇ ਨਹੀਂ ਦੇਣਾ ਟੀਵੀ ਚੱਲਦਾ ਇੱਕ ਨੰਬਰ ਟੀਵੀ ਆ ਨਹੀਂ ਤੋਲ ਕੇ ਲੈਣਾ ਇਹਦੇ ਵਿੱਚ ਕਿਹੜੀ ਗੱਲ ਆ ਨਹੀਂ ਨਹੀਂ ਲੈ ਲੈਣ ਦਾ ਟੀਵੀ ਆ ਲੈ ਲੈਣਾ ਨਾ
ਤੇ ਤੋਲ ਕੇ ਲੈਣਾ ਭਾਈ ਨਹੀਂ ਇਹ 19,500 ਰੁਪਈਆ ਇਹਦਾ ਉਦਾਂ ਦੇ ਦੇ ਅੱਧ ਹੋ ਗਈ ਆ ਉਹ ਭਾਈ ਆ ਮਾਲ ਲੈ ਕੇ ਭਾਈ ਕਿੱਧਰ ਆਇਆ ਤੂੰ ਲੈ ਆ ਉਧਰ ਇਧਰ ਇਧਰੋਂ ਇਹਨੂੰ ਆ ਜਾ ਉਹ ਨਹੀਂ ਉਹ ਫੜ ਲੈ ਮਾਲ ਕੋ ਲੈ ਪਾ ਆਵੇ ਪਾ ਕਿੰਨੇ ਹੋ ਗਏ ਆ ਹੈ 5.5 ਕਿਲੋ ਹੋ ਗਏ ਆ ਨਾ 5.5 ਹੋ ਗਿਆ ਆ ਚਾਰ ਰੋਟੀਆਂ ਮੈਂ ਖਾਧੀਆਂ ਇਹ ਵੀ ਗਿਣ ਲੈ ਚਾਰ ਰੋਟੀਆਂ ਤੂੰ ਖਾਧੀਆਂ ਆ ਜਿੱਥੇ ਚਾਰ ਖਾਧੀਆਂ ਬਾਕੀ ਵੀ ਖਾ ਲਾ ਫਿਰ ਕਦੀ ਤੇ ਚੰਗਾ ਮਾਲ ਲੈ ਕੇ ਆ ਜਾ ਕਰ ਕਦੀ ਤੇ ਚੰਗਾ ਮਾਲ ਲੈ ਆਇਆ ਕਰ ਤੇ ਚੰਗਾ ਮਾਲ ਮੈਂ ਤੇਰੀ ਦੁਕਾਨ ਤੇ ਲਿਆਉਣਾ ਤੇਰੀ ਦੁਕਾਨ ਹੋਰ ਕਿਤੇ ਹੋਰ ਤੇ ਲੈ ਜਾ ਕੁਆੜਖਾਨੇ 'ਚ ਚੰਗਾ ਮਾਲ ਕਿੱਥੇ ਆਉਂਦਾ ਕੁਆੜਖਾਨੇ ਦੇ ਵਿੱਚ ਆ ਕੁਆੜਖਾਨੇ ਦੇ ਵਿੱਚ ਚੰਗੀਆਂ ਸੁਥਰੀਆਂ ਚੀਜ਼ਾਂ ਨਿਕਲਦੀਆਂ ਜਦੋਂ ਲੈ ਕੇ ਆਉਂਦਾ ਇਦਾਂ ਦਾ ਹੀ ਲੈ ਕੇ ਆਉਂਦਾ ਪਰਸੋਂ ਤੈਨੂੰ ਮੈਂ ਦੋ ਮੋਟਰਾਂ ਦਿੱਤੀਆਂ ਉਹ 'ਚ ਤਾਂਬਾ ਇੰਨਾ ਸੀ ਤੂੰ ਲੋਹੇ ਦੇ ਮੋਟਰਾਂ ਬੜੀਆਂ ਉਹਦੇ ਪਾਣੀ ਪੂਰੇ ਮਹੱਲੇ ਨੂੰ ਦੇਣ ਡਈਆਂ ਆ ਬੜੀਆਂ ਮੋਟਰਾਂ ਚੱਲਦੀਆਂ ਵੀ ਸਵਾਰੀਆਂ ਬਿਠਾ ਕੇ ਕੋਈ ਸ਼ਾਹਕੋਟ ਨਿਕਲਣੀ ਆ ਤੇ ਕੋਈ ਇੱਧਰ ਨਿਕਲਣੀ ਆ ਛੋਟੇ ਮੁੱਤੇ ਮੋਟਰਾਂ ਦੇਣ ਤੇ ਅਗਲੇ ਕਹਿੰਦੇ ਪਹਿਲਾਂ ਵੈਂਡ ਕਰਾਓ ਤਾਂਬਾ ਪਵਾਓ ਤੇ ਫਿਰ ਚੱਲਣਗੀਆਂ ਗੱਲਾਂ ਕਰਨ ਡੇ ਆ ਮੈਂ ਤੇਰੇ ਪੈਸੇ ਨਾ ਨਾ ਦੇਣੇ ਹੁਣ ਤੇਰੀ ਦੁਕਾਨ ਤੇ ਮੈਂ ਕਦੀ ਮਾਲ ਨਾ ਲੈ ਕੇ ਆਵਾਂ ਤੇ ਮੈਂ ਪੈਸੇ ਤੇ ਕੋਈ ਲੈਣੇ ਨਾ ਹੋ ਮੈਂ ਤੇਰੇ ਕੁੱਤੇ ਨਾਲ ਬੰਨ ਦਵਾਂ ਇੱਥੇ ਮੈਨੂੰ ਪਤਾ ਆ ਤੂੰ ਜਾਣਾ ਕਮਾ ਕੇ ਲਿਆਉਣੇ ਤੇ ਮੈਨੂੰ ਦੇਣੇ ਆ ਤੇਰੇ ਖਾਨਦਾਨ ਦੇ ਵਿੱਚ ਤੇ 100 ਰੁਪਈਆ ਨਹੀਂ ਹੁੰਦਾ ਕਿਉਂ ਮੈਂ ਜਾਣਦਾ ਉਹਨਾਂ ਨੂੰ ਜਿੰਨੇ ਕਮੀਰ ਆ ਦੱਸ ਹਾਂ ਤੈਨੂੰ ਦੁਨੀਆ ਤੇ ਮਿਲੀ ਹਰ ਸ਼ੈ ਵਰਤੀ ਆ ਆ ਤੈਨੂੰ 10,000 ਬਿੱਲ ਆ ਗਿਆ ਆ ਤੁਸੀਂ ਪੂਰਾ ਸ਼ਰੀਕਾ ਇਕੱਠੇ ਹੋ ਕੇ ਟਾਰਿਆ ਆ ਦੁਰ ਬੇਟੇ ਮੂੰਹ ਤੁਹਾਡੇ ਤੇ ਮੈਂ ਇੰਨੇ ਪੈਸੇ ਨਹੀਂ ਘਰੋਂ ਨਿਕਲੇ ਵੀ ਬਿੱਲ ਤਾਰ ਦਈਏ ਮੈਂ ਸੋਚਿਆ ਸੀ ਖੋਤਾ ਵੇਚ ਕੇ ਤੇ ਬਿੱਲ ਤਾਰ ਦੇਵਾਂ ਤੇ ਖੋਤੇ ਦੀ ਜਗ੍ਹਾ ਮੈਂ ਤੈਨੂੰ ਜੋੜ ਕੇ ਫਿਰ ਮਹੱਲੇ ਚੋਂ ਛਾਵਾਂ ਇਕੱਠੀਆਂ ਲੈ ਪੈਸੇ ਨਾ ਜੋੜੀ ਬੱਚਿਆਂ ਵਾਸਤੇ ਕੁਛ ਨਾ ਬਣਾਵੀ ਮੈਨੂੰ ਜੋੜ ਲਵੀ ਹੁਣ ਉਹਦਾ ਕੀ ਕਰਨਾ ਵਾ ਇਹਦਾ ਕੀ ਇਹਨੂੰ ਘਰ ਜਵਾਈ ਰੱਖ ਲਾ ਇਹਦਾ ਕੀ ਕਰਨਾ ਮੈਂ ਇਹਦਾ ਕੀ ਦੱਸਾਂ ਕੀ ਕਰਨਾ ਉਹਨੇ ਕਿੱਥੇ ਰਹਿਣਾ ਉਹ ਮੁੜ ਤੇਰੇ ਵੱਲ ਨੂੰ ਆਉਂਦੇ ਆ ਵਾਹ ਗੱਲਾਂ ਕਰਨ ਡੇ ਆ ਆ ਮਸ਼ੀਨ ਚੱਲਦੀ ਆ ਹੈ ਮਸ਼ੀਨ ਚੱਲਦੀ ਆ ਹੱਥ ਦੇਖ ਦੇਖ ਲਾ ਇਸ ਵਿੱਚ ਜਿੱਥੇ ਕੱਪੜਾ ਦੇ ਨਾ ਉੱਥੇ ਹੱਥ ਦੇ ਲਾ 4.5 ਕਿਲੋ ਹੋ ਗਈ 4.5 ਕਿਲੋ ਹੋ ਗਿਆ ਆਹ ਰੇਟ ਉਹੀ ਲੱਗਣਾ ਆ ਜਿਹੜਾ ਚੱਲਦਾ ਆਉਣ ਡਿਆ ਆ ਰੌਲਾ ਨਾ ਪਾਵੀ ਆਹ ਬੋਤਲ ਮੈਂ ਲੈਦਾ ਵੇਚਣੀ ਐ ਪਾਣੀ ਕੱਢ ਇਹਦੇ ਵਿੱਚੋਂ ਲੈ ਪਾਣੀ ਕਿਹੜੀ ਕੋਲੋਂ ਕੱਢਾਂ ਪਾਣੀ ਕੱਢ 2.5 ਕਿਲੋ ਤਾਂ ਪਾਣੀ ਆ ਮੈਂ ਤੈਨੂੰ ਘਰੇ ਪੈਸੇ ਦੇਣੇ ਆ ਆ ਪਾਣੀ ਕੱਢ ਵਿੱਚੋਂ ਮੈਨੂੰ ਤੇਰੇ ਕੰਡੇ 'ਚ ਵੀ ਰੌਲਾ ਲੱਗਦਾ ਮੈਂ ਦੱਸ ਦੇਵਾਂ ਕੰਡੇ 'ਚ ਰੌਲਾ ਕੀ ਗੱਲ ਆ ਕੰਡਾ ਗਾਲਾਂ ਕੱਢਦਾ ਤੈਨੂੰ ਇਹ ਕੰਡਾ ਤੇਰੇ ਤੁਰ ਜਾਂਦੇ ਪੈਰ ਜ਼ੋਰ ਲੱਗਦਾ ਆ ਆਹ ਟੁਕੜੇ ਜਦੋਂ ਮੈਂ ਤੋਲੇ 6.5 ਕਿਲੋ ਇੱਥੇ 4.5 ਕਿਲੋ ਆਉਂਦੇ 4.5 ਕਿਲੋ ਇਹ ਸਹੀ ਜਾਨਵਰ ਰੇਟ ਆ ਇਹਨੂੰ ਥੱਲੇ ਲਾ ਆ ਤੈਨੂੰ ਕੁਝ ਲਿਖਾਉਣਾ ਚਾਹੁੰਦਾ ਆ ਲਿਖਾਉਣਾ ਚਾਹੁੰਦਾ ਆ ਦੱਸ ਦੇ ਕਰਦੇ ਹਾਲਾਤ ਕੀ ਆ ਗਰ ਬਿਟੇ ਮੂੰਹ ਤੇਰਾ ਹੁਣ ਕੀ ਕਰ ਕੋਈ ਕਾਰ ਲੈ ਲਾ ਕੋਈ ਸਕੂਟਰ ਲੈ ਲਾ ਆ ਲਿਆ ਆ ਅੱਜ ਮੇਰੀ ਰਾਸ ਤੋਂ 21,500 ਲੱਗ ਗਿਆ ਤੂੰ 30,000 ਤੋਂ ਪਈਆ ਤੇ ਤੂੰ ਜੋ ਜਵਾਨ ਹੋਇਆ ਗਿੜਿਆ ਹੀ ਨਹੀਂ ਤੂੰ ਕਿਸ ਟਾਈਮ ਲਾਇਆ 21,000 ਆ ਜਿਹੜੀਆਂ ਛਾਵਾਂ ਇਕੱਠੀਆਂ ਕਰਕੇ ਲਿਆਇਆ ਵਾ ਇਹ ਇਕੱਠੀਆਂ ਰੂੜੀਆਂ ਤੋਂ ਇਕੱਠੀਆਂ ਕਰਕੇ ਲੈ ਕੇ ਆ ਤੂੰ ਕਿਹੜਾ ਘਰਾਂ 'ਚੋਂ ਲੈ ਕੇ ਆਇਆ ਸ਼ੁਕਰ ਕਰ ਤੇਰਾ ਮੈਂ ਮਾਲ ਲੈ ਲੈਂਦਾ ਜਿੱਡਾ ਗੰਦਾ ਮਾਲ ਤੇਰਾ ਆ ਤੈਨੂੰ ਪਤਾ ਹੀ ਨਹੀਂ ਤੂੰ ਜਿੱਡਾ ਗੰਦਾ ਤੂੰ ਆ ਐਡਾ ਤਾਂ ਗੰਦਾ ਕੋਈ ਵੀ ਨਹੀਂ ਕਿਹੜਾ ਗੰਦਾ ਮਾਲ ਆ ਆ ਗੰਦਾ ਮਾਲ ਹੀ ਆ ਆ ਦੂਸਰੇ ਜਿਹੜੇ ਤੇਰੇ ਕੋ ਆਉਂਦੇ ਆ ਉਹ ਸਾਫ ਸੁਥਰਾ ਮਾਲ ਆ ਵੇਖ ਆ ਜਿੱਥੇ ਮਰਜ਼ੀ ਆ ਸਟicker ਲਾ ਕੇ ਵੇਚ ਲਾ ਆਹੋ ਨਾ ਲੱਭ ਹੋ ਜਾ ਹੱਥ ਲੱਭਾ ਐਨੂੰ ਲੈ ਕੇ ਨਿਕਲ ਗਏ ਸਟicker ਲਾ ਕੇ ਵੇਚ ਲਾ ਤੇ ਬੜੇ ਚਾਂਦੀ ਦੇ ਵਰਕ ਲੱਗੇ ਨਾਲ ਚਾਂਦੀ ਦੇ ਵਰਕ ਕੀ ਗੱਲ ਆ ਇਹ ਬਰਫੀ ਆ ਆ ਚਾਂਦੀ ਦੇ ਵਰਕ ਇੱਥੇ ਮਲਾਉਣੇ ਆ ਤੇਰਾ ਮੈਂ 30,000 ਇਹ ਪਤੀਸਾ ਆ ਤੇਰਾ 30,000 ਲਾ ਕੇ ਮੈਂ ਤੇਰੀ ਸ਼ਕਲ ਨਹੀਂ ਵੇਖਣੀ ਵੇਖ ਲੈ ਇਹਨੂੰ ਰੱਜ ਕੇ ਜਿੰਨਾ ਵੇਖਣਾ ਇਹਦੇ ਨਹੀਂ ਮੱਥੇ ਲੱਗਣਾ ਆਪਾਂ ਲੈ ਜਿਹੜਾ ਆਪਣੇ ਖੋਤੇ ਦੀ ਐਨਕ ਇੱਕ ਲੈ ਕੇ ਫਿਰਨ ਡਿਆ ਆ ਲੱਖ ਲਾਨਤ ਆ ਐਨਕ ਆ ਦੁਰ ਫਿਟੇ ਮੂੰਹ ਤੇਰਾ ਇਹਦੇ ਐਨਕ ਦਾ ਸ਼ੀਸ਼ਾ ਨਹੀਂ ਪਵਾ ਸਕਦਾ ਉਹ ਇਹ ਸਖ ਥਾਣੀ ਸਿਰ ਤੈਨੂੰ ਨਹੀਂ ਵੇਖਣਾ ਚਾਹੁੰਦਾ ਬਕਾਇਦਾ ਸਾਰਾ ਜਮਾਨਾ ਵੇਖ ਐਡਾ ਸ਼ਰਮ ਵਾਲਾ ਖੋਤਾ ਤੇਰਾ ਲੱਖ ਲਾਨਤ ਆ ਵੀ ਤੇਤੇ ਵੀ ਨਾਲੇ ਖੋਤੇ ਤੇ ਵੀ ਲੈ ਅਗਲੇ ਲਗਾਮਾ ਪਾਉਂਦੇ ਇਹ ਅੰਨੀ ਦੇਰ ਬਿਜਲੀ ਦੀ ਤਾਰ ਪਾਈ ਆ ਵੀ ਖੋਤਾ ਕਿਸੇ ਟਾਈਮ ਵੀ ਅਰਥ ਕਰਨ ਲੱਗ ਪਵੇ ਆ ਜਦੋਂ ਬਾਰਿਸ਼ ਪੈਣੀ ਖੋਤਾ ਸ਼ਾਰਟ ਹੋ ਗਿਆ ਕੌਣ ਜ਼ਿੰਮੇਦਾਰ ਆ ਬਿਜਲੀ ਦੀ ਤਾਰ ਵੇਖੀ ਮੈਂ ਤੈਨੂੰ ਇਹਦਾ ਪਲੱਗ ਵੀ ਵਿਖਾਉਣਾ ਦੱਸ ਉਹ ਖੋਤਾ ਵਾ ਕਰਮਾਂ ਵਾਲਾ ਖੋਤਾ ਵਾ ਸਾਰੇ ਸਾਰਾ ਮਹੱਲਾ ਫਿਰਦਾ ਵਾ ਇਸ ਖੋਤੇ ਨੂੰ ਪਤਾ ਕਿਹੜੇ ਘਰੋਂ ਸਮਾਨ ਮਿਲਦਾ ਉੱਥੇ ਆਪੇ ਹੀ ਖਲੋ ਜਾਂਦਾ ਕਿਹੜੇ ਘਰ ਮੰਗਣਾ ਤੁਸੀਂ ਹਾਂ ਜਦੋਂ ਮੈਂ ਕਹਿੰਦਾ ਇਹ ਕੱਚ ਪਰਾਲਾ ਪਿੱਤਲ ਤਾਂਬਾ ਲੋਏ ਲਾਲੜ ਸੁੱਕੀਆਂ ਰੋਟੀਆਂ ਜਾਣ ਬੁਰਾ ਵੇਚ ਜਦੋਂ ਮੈਂ ਥੱਕ ਜਾਵਾਂ ਇਹ ਸ਼ੁਰੂ ਹੋ ਜਾਂਦਾ ਆ ਆ ਲੋਕੀ ਸਮਝ ਜਾਂਦੇ ਤੇਰੀ ਮਾਮੇ ਭਾਂਜੇ ਦੀ ਆਵਾਜ਼ ਕਿੰਨੀ ਰਲਦੀ ਹੈ ਹੈ ਦੁਰ ਫਿਟੇ ਮੂੰ ਤੇਰੇ ਕੋਲ ਸ਼ਗਨਾਲਾ ਗੁੱਤਾ ਵੇਖ ਮੈਂ ਇਹਨੂੰ ਜ਼ੇਵਰ ਪਾਇਆ ਹਾਂ ਆ ਕੈਂਠਾ ਪਾਇਆ ਉਹ ਦੁਰ ਫਿਟੇ ਮੂੰ ਤੇਰੇ ਜ਼ੇਵਰ ਤੇ ਆ ਵੇ ਔਰ ਇਸ ਜ਼ਬਾਨ ਨੂੰ ਤਾਲਾ ਲਾਇਆ ਆ ਵੇ ਤਾਲਾ
ਉਹ ਤੇਰਾ ਭਲਾ ਪੈ ਜਵੇ। ਆਇਆ 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 ਕੁਛ ਨਹੀਂ ਕਹਿੰਦਾ। ਲੈ ਕੁਛ ਨਹੀਂ ਕਹਿੰਦਾ। ਉਹਨੂੰ ਪਤਾ ਇਹਨੇ ਦਿਮਾਗ ਪਾੜ ਦੇਣਾ ਮਾਰ ਕੇ। ਕੋਈ ਗੱਲ ਨਹੀਂ, ਕੋਈ ਨਵੇਂ ਨਵੇਂ ਸਵਾਲ ਇਦਾਂ ਹੀ ਕਰਦੇ। ਆ ਜੇਬਰ ਵੀ ਇਹਨੂੰ ਪਾਇਆ। ਆ 35 ਕਿਲੋ ਦੀ ਚੈਨ ਆ ਜੀ ਆ ਜਿਹੜੀ ਆ। ਆਹੋ ਤੇ ਹੋਰ ਕੀ ਆ। ਆ ਦੋਰ ਫੇਟੇ ਨੂੰ ਪਤਾ ਨਹੀਂ ਕਿਹੜੇ ਕੈਦੀ ਦਾ ਲਾ ਕੇ ਲੈ ਆਇਆ ਤੂੰ। ਲੱਖ ਲਾਣਾ ਤਾਂ ਤੇਰੇ ਜੇਬਰ ਪਾਉਣ ਤੇ। ਇਹਨੂੰ ਕਿਤੇ ਆ ਤਾਂ ਚੰਗਾ ਪਾ ਲਾ। ਇਹ ਪਤਾ ਕਿਹੜੀ ਚੈਨ ਆ? ਕਿਹੜੀ ਚੈਨ ਆ? ਆਵੇ ਨਾ ਕਿਤੇ ਮੈਨੂੰ ਚੈਨ। ਇਹੋ ਚੈਨ। ਆ ਜਾਉਣਾ ਹੀ ਨਹੀਂ ਪੁੱਤ ਜਿਹੋ ਜਿਹਾ ਤੇਰਾ ਮਾਲ ਆ। ਲੱਖ ਲਾਣਾ ਤੇਰੀ ਦੁਕਾਨਦਾਰੀ ਦੇ ਮਾਲ ਕਿਤੇ ਰੱਖ ਕੇ ਚੰਗੀ ਰੋਟੀ ਨਹੀਂ ਖਾ ਸਕਦਾ। ਚੱਲ ਮੈਂ 700 ਰੁਪਈਆ ਪਹਿਲਾ ਮਾਲ ਆ ਜਿਹਨੂੰ ਵੇਖਦੇ ਅਗਲੇ ਕਹਿੰਦੇ ਓਏ ਉਧਰ ਦੀ ਲੈ ਜਾ ਪਾਇਆ ਉਧਰ ਦੀ ਲੈ ਜਾ। ਲੱਖ ਲਾਣਾ ਤੇਰੀ ਗਾੜੀ ਤੇ ਫਿਟੇ ਮੂੰਹ। ਮੇਰਾ ਸਮਾਨ ਤੇਰੇ ਲਾਗੇ ਪਿਆ ਹੁੰਦਾ ਤੈਨੂੰ ਫੇਰ ਨੀਂਦ ਆਉਂਦੀ। ਉਹ ਤੇਰਾ ਸਮਾਨ ਕੁਛ ਵੀ ਨਹੀਂ ਹੈਗਾ। ਮੇਰੇ ਸਮਾਨ 'ਚ ਨੁਕਸ ਕੱਢੀ ਜਾਂਦੇ ਆ। ਆ ਵੇਖ ਆ ਬੰਦਾ ਪੀਣ ਦਿਆ ਸੀ ਅੱਧੀ ਮੈਂ ਰਾਜ ਰੋੜ ਕੇ ਆਇਆ। ਮੈਂ ਕਿਹਾ ਅੱਲਾ ਫੜ ਇਸ ਤੋਂ ਨਵਾਂ ਸਮਾਨ ਕਿਹੜਾ ਹੋਵੇ। ਅੱਛਾ ਬੰਦਾ ਮਿੱਟੀ ਦੇ ਵਿੱਚ ਲਿਟਦਾ ਪੀਂਦਾ ਹੋਣਾ ਐ ਕਰਕੇ ਨਾ ਨਾਲੇ ਮਿੱਟੀ 'ਚ ਲਿਟਦਾ ਹੋਣਾ ਨਾਲੇ ਪੀਂਦਾ ਹੋਣਾ। ਆ ਫਿਟੇ ਮੂੰਹ ਇੰਨੀ ਮਿੱਟੀ ਆ ਬੋਤਲ ਦੱਸਣ ਦੀ ਮੈਨੂੰ 1.5 ਮਹੀਨਾ ਹੋ ਗਿਆ ਤੇਰੇ ਕੋਲ ਖੱਜਲ ਹੁੰਦੇ ਆ। ਆ ਤੇਰਾ ਸਮਾਨ ਠੀਕ ਆ। ਆ ਹੀਟਰ ਦਾ ਲੋਕਾਂ ਦੇ ਹੀਟਰ ਗਰਮ ਹੁੰਦੇ ਆ ਇਹਨੂੰ ਪਤਾ ਨਹੀਂ ਬਰਫ ਲਾਈ ਦੀ ਆ। ਓਏ ਹੀਟਰ ਆ ਤੇ ਦੇ ਦੇਣਾ ਅੱਗੇ ਅਸੀਂ ਇਹ ਅੱਗੇ ਕਿੱਥੇ ਦੇ ਦੇਣਾ। ਆ ਕਿਸ ਤੋਂ ਪੈ ਇਹਨੂੰ ਲੋਹੇ 'ਚ ਵੇਚ ਦੇਣਾ ਇਹਨੂੰ ਵਾਪਸ ਦੇ ਦੇ ਜਦ ਕੋ ਲਿਆਂਦਾ। ਆ ਲੈ ਕੂਲਰ 'ਚ ਬਰਫ ਹੁੰਦੀ ਆ ਇਹ 'ਚ ਤੂੰ ਰੇਤ ਪਾਈ ਆ। ਓਏ ਕੂਲਰ ਹਟ ਜਾ ਹੱਥ ਨਾਲ। ਖੁੱਲਦਾ ਹੀ ਨਹੀਂ ਕੂਲਰ। ਖੁੱਲਦਾ ਹੀ ਨਹੀਂ ਹੈਗਾ ਇਹ ਇਹਦੇ ਕੋਲ ਵਰਲਡ ਆ। ਆ ਵੇਖ ਇਹ ਕੀ ਆ? ਇਹ ਕੁਝ ਵੀ ਨਹੀਂ। ਦੱਸ ਇਹ ਹਰੇ ਕੂਲਰ ਦੇ ਗੁਰਦੇ 'ਚੋਂ ਨਿਕਲੀ ਪੱਥਰੀ? ਨਹੀਂ ਇਹ ਤੇਰੇ ਖੋਤੇ ਦੀ ਅੱਖ 'ਚੋਂ ਕੱਢੀ ਆ। ਮੇਰਾ ਮਾਲ ਚੈੱਕ ਕਰ। ਚੈੱਕ ਕਰ ਮੇਰਾ ਮਾਲ। ਹੈ ਅੱਜ ਉਸ ਰੇਟ ਤੇ ਨਹੀਂ ਦੇਣਾ। ਆ ਮਾਲ ਚੈੱਕ ਕਰੀਓ। ਆ ਮਾਲ ਚੈੱਕ ਕਰੀਓ। ਆ ਲੈ ਲਾ ਨਾ ਇਹਨਾਂ ਦੇ ਸਾਬਣ ਪਵਾ ਲਈ। ਅੱਜ ਮੈਨੂੰ ਪਤਾ ਲੱਗਾ ਆ ਆ ਜਿੰਨੇ ਕਾਗਜ਼ ਚੁੱਕਣ ਵਾਲੇ ਫਿਰਦੇ ਤੇਰੀ ਭਾਣਜੀ ਆ ਭਾਣਜੇ ਆ ਸਾਰੇ ਪਤਾ ਲੱਗ ਗਿਆ। ਓਏ ਆ ਕਿਹੜਾ ਮਾਲ ਆ ਖੋਤੀ ਦੇ ਆ? ਆ ਮਾਲ ਹੈ ਆ ਕੀ ਆ ਇਹ? ਪਤਾ ਨਹੀਂ ਕਿੱਥੋਂ ਤੂੰ ਕਾਗਜ਼ ਚੁੱਕਦਾ ਆ ਗਿਆ। ਕਾਗਜ਼ ਚੁੱਕਦਾ ਲੈ ਆ ਵੇ ਛਾਪਰ ਇਹਨੇ ਪਵਾਇਆ ਜਿੱਥੇ ਦੇਖ ਦੇਖਦਾ ਪੱਕਦੀ ਉੱਥੇ ਲੈ ਕੇ ਬਾਹਰ ਕੱਢ ਲੈਂਦਾ ਤੂੰ। ਲੱਖ ਲਾਣਾ ਤਾਂ ਤੇਰੇ ਮਾਲ ਤੇ ਪਈਆਂ ਵਾ ਸਾਰਾ ਕੁਛ। ਉਹ ਕਹਿੰਦਾ ਹੀ ਪਈਆਂ ਹੋਰ ਕੀ ਪਿਆ ਆ? ਆ ਟੀਵੀ ਨੂੰ ਨਜ਼ਰ ਨਾ ਲਾਈ। ਆ ਲੈ ਆ ਫੁੱਲ ਭਰਿਆ ਆ। ਲੱਖ ਲਾਣਾ ਤਾਂ ਤੇਰੇ ਤੈਨੂੰ ਕਿਹੜਾ ਉਹ ਤੂੰ ਗਗੜਾ ਆ ਕੀ ਮਸੱਲੀ ਆ ਮੈਨੂੰ ਦੱਸ ਦੇ। ਚੱਲ ਪੈਸੇ ਦੇ ਇਹਨਾਂ ਦੇ। ਇਹ ਕਿਹੜਾ ਕਬਾੜ ਲਈ ਫਿਰਨ ਡਿਆ? ਆ ਚਨੇ ਮੈਂ ਗਿਣ ਕੇ ਵੇਚਣੇ ਆ 60 ਰੁਪਏ ਦਾ ਇੱਕ ਆਏ। ਅੱਛਾ ਐਡਾ ਕੀਮਤੀ ਆ? ਐਡਾ ਕੀਮਤੀ ਆ ਫੁੱਲ ਗਲੇ ਆ। ਜਾ ਲੈ ਜਾ ਸਮਾਨ ਆਪਣਾ। ਇਹ ਪਹਿਲੇ ਇਹ ਚਨੇ ਪਹਿਲੇ ਖੋਤੇ ਨੇ ਖਾ ਲਏ ਸੀ ਇਹਨੇ ਸਬੂਤੇ ਵਾਪਸ ਕੀਤੇ ਆ। ਤੈਨੂੰ ਮੈਂ ਕਹੀ ਜਾਣ ਡਿਆ ਇਹਨੂੰ ਲੈ ਜਾ ਇਹ 'ਚ ਬਿਹਤਰੀ ਆ ਲੈ ਜਾ ਇਹਨੂੰ। ਚੱਲ ਭਾ ਦੱਸ ਹੁਣ ਪੈਸੇ ਕਿੰਨੇ? 450 ਰੁਪਈਆ। ਕਾਹਦਾ? 450 ਵਧਣ ਨਾ ਕਰਾਵੀ ਘੱਟ ਜਾਣੇ ਆ ਇਹ। ਕਿੰਨਾ ਬਣਿਆ ਆ? ਕਿੰਨਾ ਬਣਿਆ ਇਹ? ਹਾਂ ਲਿਖਾਈ ਜਾਈ ਮੈਨੂੰ ਨਾਲ ਨਾਲ ਲਿਖਾਈ ਜਾਈ ਅੱਗੇ ਬਥੇਰੇ ਪੈਸੇ ਵਿੱਚੋਂ ਖਾਨਾ ਤੂੰ ਤੇਰਾ ਮੂੰਹ ਦੱਸਦਾ ਆ ਵੀ ਅੱਧਾ ਮਾਲ ਤੇ ਤੂੰ ਖਾ ਲੈਣਾ ਫਿਰ ਘਰ ਜਾ ਕੇ ਨਾ ਜੀ ਮਹਿੰਗਾਈ ਬੜੀ ਆ। ਮਹਿੰਗਾਈ ਤਾਂ ਆਪ ਹੀ ਹੋਣੀ ਆ ਜਦ ਤੇਰੀ ਤੂੰ ਨਹੀਂ ਖਾਣੋ ਹੱਟਣਾ। 450 ਰੁਪਈਆ ਚਾਹ ਮੰਗਾ ਲੈ। ਕੀ ਗੱਲ ਤੂੰ ਪਿੰਡੀ ਤੋਂ ਟਾਈਮ ਲੈ ਕੇ ਆਇਆ ਵੀ ਬੱਸ ਲੈ ਕੇ ਆਇਆ ਤੇਰੇ ਲਈ ਚਾਹ ਮੰਗਵਾਵਾਂ? ਇੱਕ ਚਾਹ ਮੇਰੇ ਲਈ ਮੰਗਾ ਲੈ ਤੇ ਨਾਲ ਇੱਕ ਖੋਤੇ ਲਈ ਚਾਹ ਮੰਗਾ ਲੈ। ਯੋ ਖੋਤੇ ਨਹੀਂ ਕਹਦੇ ਮਾਰ ਕੀ ਗੱਲ ਆ? ਗਾਡ ਕੇਕ ਮੰਗਾ ਲੈ ਬੜੇ ਸ਼ੌਕ ਨਾਲ ਖਾਂਦਾ। ਕੋਈ ਗੱਲ ਨਹੀਂ ਇਹਨੂੰ ਘਰ ਲੈ ਜਾ ਰਿਸ਼ਤੇਦਾਰ ਨੂੰ ਉਹਦੇ ਬੈਟਰੀ 'ਚ ਬਿਠਾ ਕੇ ਨਾ ਇਹਦੇ ਹੱਥ ਉੱਤੋਂ ਆ ਕੇ ਨਵਾ ਨੂ ਕੇ ਉੱਥੇ ਇਹਨੂੰ ਪੱਖਾ ਲਾ ਕੇ। ਹੁਣ ਫਿਰ ਤੂੰ ਸਮਾਨ ਨਹੀਂ ਲੈਣਾ? ਲੈ ਨਹੀਂ ਲੈਣਾ 450 ਦੀਆਂ ਗੱਲਾਂ ਦਾ ਸੁਣਾ ਮੈਨੂੰ 450 ਰੁਪਏ ਲੈ ਨਾ ਸਹੀ ਤੂੰ ਵਾਪਸ ਕਰ ਦੇ ਸਾਡਾ ਸਮਾਨ ਨਾ ਸਹੀ। ਇਹ ਤਾਂ ਜ਼ਿੰਦਗੀ 'ਚ ਨਹੀਂ ਮੈਂ ਰੱਖੀ ਇੱਥੇ। ਇਹ ਤਾਂ ਤੇਰੀ ਭੈਣ ਨੂੰ ਜਹੇਜ਼ 'ਚ ਨਹੀਂ ਦਿੱਤੀ ਤੁਸੀਂ? ਓਏ ਮੈਂ ਰੱਖੀ ਇੱਥੇ। ਹਾਂ ਰੱਖੀ ਆ ਤੂੰ ਸਮਾਨ ਮੋੜ ਦੇ ਚੱਲ ਰਹਿਣ ਦੇ ਲੈ ਤੂੰ ਨਾ ਸਾਰੀ ਜ਼ਿੰਦਗੀ ਇੱਟਾਂ ਤੇ ਤੁਸੀਂ ਚਾਹ ਪਕਾਉਂਦੇ ਆਏ ਤੁਹਾਨੂੰ ਇਹਦਾ ਵੀ ਕੀ ਤਮੀਜ਼ ਆ? ਓਏ ਮੇਰਾ ਸਮਾਨ ਮੈਂ ਹੋਰ ਤੇਰਾ ਸਮਾਨ ਕਿੱਦਾਂ ਹੋ ਸਕਦਾ ਹੈ? ਉੱਥੇ ਚੱਲ ਆਪਣੀ ਰੇੜੀ ਦੇ ਕੋਲ ਚੱਲ ਤੇਰਾ ਸਮਾਨ ਹੋ ਸਕਦਾ ਹੈ? ਮੇਰਾ ਸਮਾਨ ਮੈਂ ਤੈਨੂੰ ਦੱਸ ਦਿਆਂ ਤੇਰਾ ਸਮਾਨ ਤੇਰਾ ਤਾਂ ਘਰ ਦਾ ਸਮਾਨ ਨਹੀਂ ਹੈ ਚੰਗਾ ਜਿਸ ਮੰਗੇ ਮੰਜੇ ਦੇ ਸੌਣਾ ਆ ਐਡੇ ਸੰਗੇ ਉਹਦੇ ਗੁਜਰਾਤ ਗਿਆ ਹੋਣਾ ਇਧਰ ਆ ਜਾ ਇਧਰ ਆ ਚੱਲ ਪੁੱਤ ਇਦਾਂ ਕਰ ਉਹ ਰਿਹਾ ਪੈਸੇ ਤੇ ਉਹਦੇ ਜਿਹੜੇ ਬਣਦੇ 400 ਰੁਪਈਆ ਲੈ ਲਾ ਸਾਰੀ ਜ਼ਿੰਦਗੀ ਅਸੀਂ ਤੈਨੂੰ ਸਮਾਨ ਦਿੱਤਾ ਇਹਨੂੰ ਵੀ ਆਦਤ ਪਈ ਇਸੇ ਦੁਕਾਨ ਤੇ ਆਉਣ ਦੀ ਰਾਹ 'ਚ ਕਿੰਨੇ ਹੀ ਸਮਾਨ ਮੰਗਣ ਦੇ ਚੱਲ 400 ਲੈ ਲਾ।
400 ਲੈ ਲੈ ਆ ਲੜਾਈ ਤੋਂ ਪਹਿਲਾਂ ਤੇ 450 ਲੜਾਈ ਤੋਂ ਪਹਿਲਾਂ ਤੈਨੂੰ ਸ਼ੂਟ ਸੀ 50 ਰੁਪਈਆ ਦੀ ਹੋਰ ਨਹੀਂ 1900 ਰੁਪਈਆ ਬਣਦਾ ਮੇਰਾ ਆ ਟੀਵੀ ਮੈਂ ਨਹੀਂ ਦੇਣਾ ਟੀਵੀ ਚੱਲਦਾ ਵਾ ਹੈ ਆ ਵੀ ਆ ਤੈਨੂੰ ਮੈਂ ਕਿਹਾ ਸੀ ਟੀਵੀ ਘਰ ਲੈ ਆ ਕਿੰਨੇ ਪੈਸੇ ਕਹਿੰਦਾ ਜਮਾ ਤੈਨੂੰ ਮੈਂ ਸਾਰੀ ਜ਼ਿੰਦਗੀ ਜਾਂ ਤੇਰਾ ਅਦਬ ਕੀਤਾ ਜਾਂ ਇਹਦਾ ਕੀਤਾ ਕਿੰਨੇ ਪੈਸੇ ਕਹਿੰਦਾ ਕਿੰਨੇ ਪੈਸੇ ਦਵਾਂ ਤੈਨੂੰ 1900 ਰੁਪਈਆ 1900 ਰੁਪਈਆ ਹਾਂ 1700 ਰੁਪਈਆ ਦਵਾਂਗਾ ਮਾਇਕ ਖੋਤਾ ਰੇੜੀ ਚੱਲ ਜਾ ਕਿੰਨੇ ਪੈਸੇ ਦੇਗਾ 1700 ਬਮਾਏ ਖੋਤਾ ਰੇੜੀ ਆ ਕੱਲਾ ਜਿਹੜਾ ਖੋਤਾ ਆ ਨਾ ਇਹ ਕੱਲਾ ਹੀ ਡੇਢ ਕੁ ਮਹੀਨਾ ਇਹਨੇ ਜੀਣਾ ਇਹਨੇ ਨੈਣ ਨਕਸ਼ ਦੱਸਦੇ ਆ ਕਿਉਂਕਿ ਇਹਨੂੰ ਤੂੰ ਪਾਉਣਾ ਹੀ ਕੱਖ ਨਹੀਂ ਤੈਨੂੰ ਆਪ ਨਹੀਂ ਮਿਲਦਾ ਖਾਣ ਨੂੰ ਇਹਨੂੰ ਮੈਂ ਪਾਉਂਦਾ ਇਹਨੂੰ ਤੂੰ ਵੈਸੇ ਕੱਖ ਵੀ ਨਹੀਂ ਕਸਮਾਂ ਪਾਉਣਾ ਵੀ ਕਿਸੇ ਨੂੰ ਦੱਸੀ ਨਾ ਇਹਨੂੰ ਕੁੱਤਿਆਂ ਅੱਗੇ ਤੇ ਪਾਇਆ ਮੈਂ ਹਾਂ ਤੇ ਆਪ ਮੈਂ ਕੁੱਤਾ ਆ ਮੈਂ ਕੁੱਤਾ ਨਜ਼ਰ ਆਉਂਦਾ ਤੈਨੂੰ ਮਤਲਬ ਕਿ ਇਹਦੇ ਸਾਡੇ ਮਹੱਲੇ 'ਚ ਜਿਹੜੇ 4-5 ਉਹਨਾਂ ਲੱਗੇ ਬੰਨੇ ਇਹ ਬਸ਼ੀਰ ਕਬਾੜੀ ਆ ਜੇ ਕੁੱਤਾ ਆ ਨਹੀਂ ਜੀ ਜ਼ਿਆਦੇ ਪੈਸੇ ਯਾਰ ਪੈਸੇ ਦੇ ਮੈਨੂੰ ਅੱਜ ਉਦਾਂ ਵੀ ਲੱਗਦਾ ਓਏ ਮੁੰਡਿਆ ਓਏ ਮੁਸ਼ਤਾਕ ਆਹ ਨੂੰ ਦੇ 400 ਰੁਪਈਆ ਕਾਹਦਾ 400 ਰੁਪਈਆ 1900 ਰੁਪਈਆ 1947 'ਚ ਆ ਜੀ ਫਿਰ ਓ ਤੇਰਾ ਬਣਦਾ ਹੀ 400 ਆ ਆ ਪੱਖਾ ਵੇਚਣਾ ਹੀ ਹੈ ਇੱਧਰ ਹੋ ਜਾ 400 ਦੇ ਕੋ ਲੈ ਨਹੀਂ ਹੁੰਦਾ ਪੱਖਾ ਕਿੰਨਾ ਵੇਚਣਾ ਹੈ ਇਹਨੂੰ 400 ਦੇ ਦੇ 1900 ਰੁਪਈਆ ਦੇ ਤੂੰ ਵੀ ਨਾਲ ਰਲ ਗਿਆ 1900 ਦੇ 1900 ਕਾਹਦਾ ਦਵੇ ਦੇ ਕੀ ਗੱਲ ਆ ਚੱਲ ਫਿਰ ਆ ਵੀ ਲੈ ਲਾ ਤੂੰ ਵਾਪਸ ਇੱਧਰ ਆ ਬਣ ਕੇ ਆ ਵੀ ਲੈ ਲਾ ਵਾਪਸ ਚੱਲ ਦਮੀ ਫਿਰ ਹੁਣ ਨੱਚ ਕੇ ਆ ਨੱਚ ਇਹਦਾ ਪੁੱਤਾਂ ਤੇ ਦਮੀ ਔਰ ਸਾਡੇ ਕੋਲ ਆ ਕੇ ਸਾਨੂੰ ਦੇਈ ਜਾਣਦੇ ਆ ਕੋਤੀ ਦੇ ਆ ਸਾਡੇ ਕੋਲ ਆ ਕੇ ਸਾਨੂੰ ਦੇਈ ਜਾਣਦੇ ਆ ਮੈਂ ਵੀ ਕਹਿੰਦਾ ਏਡਾ ਦਰੇਰ ਆ ਬਣ ਚੱਲ ਜਾ ਸਮਾਨ ਲਾ ਸਾਰਾ ਵੀਰ ਸਮਾਨ ਲਾ ਇਹਦਾ ਸਾਰਾ ਓਏ ਕਿੱਥੇ ਮੁਸ਼ਤਾਕ ਸਮਾਨ ਲਾ ਦੇ ਸਾਰਾ ਲਾ ਯਾਰ ਸਮਾਨ ਸਾਰਾ ਹੀ ਲਾ ਦੇ ਚੱਲ ਜਾ ਹੁਣ ਜੇ ਬਿਹਤਰੀ ਆ ਚਾਹ ਪੀਣੀ ਆ ਆਹੋ ਜਾ ਇੱਥੇ ਪੀਆ ਬਣਾਈ ਆ ਉਹਨਾਂ ਨੇ 5-6 ਬੰਦੇ ਪੀਣ ਦੇ ਤੂੰ ਵੀ ਪੀਆ ਤੇਰਾ ਨਾਂ ਲਵਾਂ ਉੱਥੇ ਨਹੀਂ ਮੇਰਾ ਕਹਿੰਦਾ ਨਾਂ ਲੈਣਾ ਕਵਾਂ ਜਾ ਕੇ ਚੌਲ ਖਾਣੇ ਤੇ ਦੱਸ ਦੇ ਜਾ ਕੇ ਕਵਾਂ ਬਸ਼ੀਰ ਕਹਿੰਦਾ ਮੇਰੇ ਨਾਂ ਦੀ ਚਾਹ ਪੀ ਆ ਹੈ ਨਹੀਂ 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 ਚੌਲ ਖਾਣੇ ਆ ਆਹੋ ਜੁਮਰਾਜ ਹੋਣੇ ਇਹਨਾਂ ਨੇ ਸਰਕਾਰਾਂ ਦੇ ਨਾਂ ਦੇਖ ਦੇਣੀ ਆ ਆ ਨਾਲ ਦੇ ਆਲੇ ਕਹਿੰਦੇ ਸੀ ਕੋਈ ਸ਼ਾਇਦ ਤੇਰੇ ਹੱਥੋਂ ਨਸੀਬ ਹੈ ਮੈਨੂੰ ਨਹੀਂ ਉਹਨਾਂ ਨੇ ਦੇਣੀ ਉਹਨਾਂ ਨੇ ਦੇਣੀ ਫੜਾ ਮੈਂ ਦਊਂਗਾ ਤੈਨੂੰ ਆਹੋ ਲੈ ਚਾਹ ਦੇ ਪੈਸੇ ਤੇ ਦੇ ਦੇ ਹੁਣ ਕਿਹਦੇ ਚਾਹ ਦੇ ਆ 400 ਰੁਪਈਆ ਦੇ ਲੈ ਕੇ ਚੱਲਾਂ ਨਾ ਨਹੀਂ ਇਹ ਤੇ ਘਰ ਬੱਚਿਆਂ ਨੂੰ 50 ਰੁਪਈਆ ਸਿਕਟਾਂ ਦੇ ਮੈਨੂੰ ਦੇ ਦੇ ਫੇਰ ਕਰ ਲਾਂਗੇ ਗੇੜੇ 'ਚ ਉਹਦੇ ਗੇੜੇ 'ਚ ਕਰ ਤੇਰੇ ਕਦੀ ਬਰਕਤ ਨਹੀਂ ਪੈਣੀ ਮੈਂ ਸ਼ਾਮੀ 6 ਵਜੇ ਆਉਣਾ ਹੁਣ ਖੋਤੇ ਨੂੰ ਪੱਠੇ ਪਾ ਦੇ ਕਿੱਥੇ ਕਿਹੜੇ ਕੋਟ ਪਾਵਾਂ ਅਸੀਂ ਚੱਲੇ ਆ ਵਿਆਹ ਤੇ ਆ ਖੋਤੇ ਨੂੰ ਨਾ ਤੂੰ 4-5 ਦਿਨ ਇੱਥੇ ਹੀ ਰੱਖਣਾ ਹੁਣ ਇੱਥੇ ਬਾਹਰ ਬਣ ਜਾਣਾ ਮੈਂ ਘਰ ਚਲ ਜਾਣਾ ਤੂੰ ਇਹਦੇ ਨਾਲ ਰਹਿਣਾ ਇੱਥੇ ਕਿਉਂ ਇਹਦੇ ਨਾਲ ਕਿਉਂ ਰਹਿਣਾ ਕੀ ਗੱਲ ਹੈ ਇਹਨੂੰ ਦਬਾ ਪੈਂਦਾ ਹੈ ਇਹਦਾ ਧਿਆਨ ਵੀ ਰਾਤ ਨੂੰ ਇਹ ਡਰਦਾ ਹੈ ਇਹਦਾ ਧਿਆਨ ਰੱਖਣਾ ਮੈਂ ਇੱਥੇ ਅੱਛਾ ਇਹ ਨਾ ਹੋਵੇ ਖੋਤੇ ਦੀ ਜਗ੍ਹਾ ਮੈਂ ਇੱਥੇ ਤੈਨੂੰ ਬੰਨਿਆ ਹੋਵੇ ਮੁੰਡੇ ਬਕਵਾਸ ਆਪਣੀ ਬੰਦ ਕਰ ਬੰਦ ਕਰ ਕੁੱਤੇ ਆ ਗਏ ਆ ਸਾਰੀ ਜ਼ਿੰਦਗੀ ਇਦਾਂ ਕੱਢਦੀ ਹੈ ਲੈ ਕੇ ਜਾ ਇਹਨੂੰ ਓਏ ਇਹਨੂੰ ਲੈ ਕੇ ਜਾ ਉਹ ਮੈਂ ਨਹੀਂ ਲੈ ਕੇ ਜਾਣਾ ਓਏ ਮੁਸ਼ਤਾਕ ਅੱਜ ਰੋਡ ਤੇ ਛੱਡਿਆ ਆਪੇ ਕਿਸੇ ਵਿੱਚ ਵੱਜੇਗਾ